ਸੁਨਾਮ ਉਧਮ ਸਿੰਘ ਵਾਲਾ ਸਾਈ ਕਲੋਨੀ ਵਿੱਚ ਪੀਰ ਦੀ ਦਰਗਾਹ ਨੇੜੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ। ਮਰਨ ਵਾਲਾ ਨੌਜਵਾਨ ਸੁਖਬੀਰ ਸਿੰਘ ਜੋ ਕਿ ਇਸ ਕਲੋਨੀ ਦਾ ਰਹਿਣ ਵਾਲਾ ਸੀ, ਪਰਿਵਾਰ ਦਾ ਇਕਲੌਤਾ ਵਾਰਸ ਸੀ ਅਤੇ ਉਸਦੇ ਘਰ ਵਿੱਚ ਵਿਆਹ ਦੀਆਂ ਖੁਸ਼ੀਆਂ ਚੱਲ ਰਹੀਆਂ ਸੀ। ਉਸਦੀ ਮੌਤ ਦੇ ਸਦਮੇ ਨਾਲ ਪਰਿਵਾਰ ਦਾ ਬੁਰਾ ਹਾਲ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਗੁਆਂਢ ਵਿਖੇ ਇੱਕ ਔਰਤ ਨਾਲ ਸੰਬੰਧ ਸਨ ਅਤੇ ਬਾਅਦ ਵਿੱਚ ਉਸ ਔਰਤ ਨੇ ਇੱਕ ਹੋਰ ਨੌਜਵਾਨ ਨਾਲ ਨਜ਼ਦੀਕੀਆਂ ਬਣਾ ਲਈਆਂ। ਇਸ ਸੰਬੰਧੀ ਮ੍ਰਿਤਕ ਦੀ ਮਾਂ ਹਰਦੀਪ ਕੌਰ ਨੇ ਇਲਜ਼ਾਮ ਲਾਇਆ ਕਿ ਉਸਦੇ ਲੜਕੇ ਦੀ ਸ਼ਾਦੀ ਹੋਣੀ ਸੀ, ਲੇਕਿਨ ਉਸਦੀ ਗੁਆਂਢਣ ਸਰਬਜੀਤ ਕੌਰ ਨੇ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਸਨੂੰ ਮਾਰ ਦਿੱਤਾ। ਉਸਨੇ ਦੋਸ਼ ਲਾਇਆ ਕਿ ਉਸਦੇ ਲੜਕੇ ਨੂੰ ਦੋਸ਼ੀ ਔਰਤ ਅਤੇ ਉਸਦੇ ਦੋ ਲੜਕਿਆਂ ਸਮੇਤ 5 ਜਣੇ ਬੁਲਾ ਕੇ ਲੈ ਗਏ ਸਨ ਅਤੇ ਇਸ ਔਰਤ ਨੇ ਉਸਦੇ ਲੜਕੇ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾਇਆ ਹੋਇਆ ਸੀ, ਜਿਸ ਕਾਰਨ ਉਸਦੇ ਪਰਿਵਾਰ ਦੀ 2 ਏਕੜ ਜ਼ਮੀਨ ਵੀ ਵਿਕ ਗਈ ਸੀ ਅਤੇ ਲੜਕੇ ਦਾ ਵਿਆਹ ਸੀ ਅਤੇ ਇਹ ਦੋਸ਼ੀ ਔਰਤ ਇਸਦਾ ਵਿਆਹ ਹੋਣ ਨਹੀਂ ਦਿੰਦੀ ਸੀ ਅਤੇ ਉਸਦੇ ਲੜਕੇ ਦੀ ਮੌਤ ਦੇ ਜ਼ਿੰਮੇਵਾਰ ਔਰਤ ਤੇ 2 ਲੜਕੇ ਹੋਰ ਵੀ ਸ਼ਾਮਲ ਸਨ। 15 ਦਿਨ ਇਹਨੇ ਮਰਨ ਨੂੰ ਘਰੇ ਮੇਰੇ ਮਾਰ ਨੂੰ ਮੁੰਡੇ ਤੋਰੇ, ਰਾਤ ਇਹਨੇ 4:30 ਵਜੇ ਮੈਂ ਘਰੋਂ ਗਈ ਹਾਂ, 6 ਵਜੇ ਮੇਰੇ ਮੁੰਡੇ ਨੂੰ ਬੁਲਾ ਕੇ 4 ਜਣੇ ਲੈ ਕੇ ਆਏ ਨੇ, 2 ਇਹਦੇ ਮੁੰਡੇ ਨੇ, 5 ਵੀ ਹੈ ਮੇਰੇ ਮੁੰਡੇ ਨੂੰ ਮਾਰਨ। ਫਿਰ ਮਾਰਿਆ ਹੋਗਾ? ਹਾਂ ਮਾਰਿਆ ਮੇਰਾ ਮੁੰਡਾ ਜੀ, ਮੇਰੇ ਮੁੰਡੇ ਨੇ ਮੈਨੂੰ ਘੰਟਾ ਪਹਿਲਾਂ ਫੋਨ ਕਰਿਆ, ਕਹਿੰਦਾ ਮੰਮੀ ਮੈਂ ਆਉਣਾ ਆਪਣੇ ਸਰਕਸ ਹੋਰੀ ਜੀ, ਇੱਥੋਂ ਮੇਰੇ ਮੁੰਡੇ ਨੇ ਫੋਨ ਕਰਿਆ ਕਹਿੰਦਾ ਆ ਜਾ ਮੰਮੀ ਸਰਕਸ ਦੇਖ ਲਾ ਕੇ, ਮੈਨੂੰ ਕੀ ਪਤਾ ਸੀ ਵੀ ਡੈਣ ਉਰੇ ਇਹਨਾਂ ਨੂੰ ਐਂ ਲੈ ਜੂਗੀ। 4 ਜਣੇ ਲੈ ਕੇ ਨੇ ਜੀ ਮੇਰੇ ਮੁੰਡੇ ਨੂੰ, 2 ਇਹਦੇ ਮੁੰਡੇ ਨੇ, 5ਵੀਂ ਆਪਾਂ ਇਹਦੇ ਮੁੰਡੇ ਪਕਾਰ ਦੇ ਕਦੇ ਅਸੀਂ ਮਾਰਾਂਗੇ। ਮੇਰੇ ਮੁੰਡੇ ਨੂੰ ਸੱਦ ਦੀਦੀ ਇਹ ਤਾਂ ਆਉਂਦਾ ਤੀ ਮੇਰਾ ਮੁੰਡਾ, ਮੇਰੇ ਘਰੇ ਵੜ ਕੇ ਦੇਖੋ ਕੋਈ ਨਾ ਕੁਛ ਕਰਿਆ ਹੋਵੇ, ਪਤਾ ਨੀ ਕੌਣ ਨੇ ਜਿਨ੍ਹਾਂ ਤੇ ਤੁਸੀਂ ਇਲਜ਼ਾਮ ਲਾ ਰਹੇ ਕੌਣ ਨੇ? ਸਰਬਜੀਤ ਹੈ ਜੀ, ਗੱਗੂ ਉਹਦੇ ਮੁੰਡੇ ਦਾ ਨਾਮ ਆ। ਕੀ ਝਗੜਾ ਸੀ ਇਹਨਾਂ ਨਾਲ? ਝਗੜਾ ਕੁਛ ਨੀ ਜੀ, ਮੇਰੇ ਮੁੰਡੇ ਨੂੰ ਬਸ ਇਹਨੇ ਜਮਾਂ ਬਰਬਾਦ ਕਰਤਾ, 2 ਕਿੱਲੇ ਵੀ ਵਿਕੇ, ਹੁਣ ਰਹਿੰਦੀ ਤੀਗੀ। ਮੈਂ 15 ਦਿਨ ਪਹਿਲਾਂ ਆ ਕੇ ਕਹਿ ਕੇ ਵੀ ਗਈਆਂ ਵੀ ਸਰ ਵੀ ਮੇਰੇ ਮੁੰਡੇ ਨਾਲ ਕਰੇਵਾ ਭਰਾ ਲਾ ਕਿਉਂ ਮਾਰੀ, ਕਹਿੰਦੀ ਮੇਰੇ ਮੁੰਡੇ ਨੂੰ ਮਰ ਜਾਣ ਜਾਣਦੇ, ਹੁਣ ਆਪ ਵੀ ਮਰ ਜੇ ਮੇਰੇ ਮੁੰਡੇ ਨੂੰ ਪਿਆਰ ਕਰਦੀ ਤੀ, ਜੇ ਆਪ ਮਰ ਜੇ ਹੁਣ ਮੇਰੇ ਮੁੰਡੇ ਦੇ ਬਰੋਬਰ, ਮੇਰਾ ਪੁੱਤ ਤਾਂ ਮਾਰਤਾ ਉਹਨੇ ਰਾਤ ਦੀ। ਇਹਦਾ ਵਿਆਹ ਹੋਇਆ ਹੋਇਆ ਸੀ ਮੁੰਡੇ ਦਾ? ਹਾਂ ਵਿਆਹ, ਨਹੀਂ ਜੀ ਪਰਸੋਂ ਨੂੰ ਵਿਆਹ ਕੇ ਲਿਆਉਣੀ ਤੀ ਮੈਂ ਤਾਂ, ਮੈਂ ਕੀ ਉਹਨੂੰ ਜਵਾਬ ਦੇਊਗੀ, ਮੈਨੇ ਅੱਜ 11 ਵਜੇ ਲਿਆਉਣੀ ਤੀ। ਇਸ ਸੰਬੰਧੀ ਮ੍ਰਿਤਕ ਦੀ ਪੜੋਸੀ ਵਿੱਕੀ ਸਿੰਘ ਨੇ ਦੱਸਿਆ ਕਿ ਲੜਕੇ ਦਾ ਸ਼ੱਕੀ ਹਾਲਾਤਾਂ ਵਿੱਚ ਕਤਲ ਕੀਤਾ ਗਿਆ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਵਿੱਕੀ ਹੈ ਜੀ। ਹਾਂਜੀ, ਕਿੱਥੇ ਰਹਿੰਦੇ? ਮੇਰੇ ਇਹ ਪੜੋਸੀ ਨੇ ਆਪਣੇ ਇੱਥੇ, ਅਤੇ ਸਵੇਰੇ ਪਤਾ ਲੱਗਿਆ ਵੀ ਇੱਥੇ ਮੁੰਡੇ ਨੇ ਫਾਹਾ ਲਿਆ, ਅਤੇ ਜਿੱਦਾਂ ਆ ਕੇ ਦੇਖਿਆ ਮੌਕੇ 'ਤੇ ਮੁੰਡੇ ਦੀ ਲਾਸ਼ ਨੀਚੇ ਪਈ ਤੀ ਜੀ। ਇੱਥੇ ਕੋਈ ਸਰਬੀ ਨਾਮ ਦੀ ਜਨਾਨੀ ਹੈ ਜਿਹਦੇ ਨਾਲ ਮਾੜਾ ਮੋਟਾ ਤਾਂ ਚੱਲਦਾ, ਕੋਈ ਚੱਕਰ ਵਗੈਰਾ, ਇਹ ਸਾਰਾ ਕੁਝ ਉਹਦੇ ਕਰਕੇ ਹੋਇਆ ਜੀ। ਕੋਈ ਇਹਦਾ ਸੁਸਾਈਡ ਨੋਟ, ਕੋਈ ਹੋਰ ਗੱਲਬਾਤ ਨਹੀਂ? ਬਸ ਇਹੋ ਜਿਹਾ ਕੁਛ ਤਾਂ ਮਿਲਿਆ ਨਹੀਂ ਹੈਗਾ, ਬਸ ਲੱਗਦਾ ਵੀ ਇਹ ਸੁਸਾਈਡ ਹੈਗਾ ਵੀ ਮਰਡਰ। ਅਤੇ ਕੀ ਇਹਦਾ ਵਿਆਹ ਹੋਇਆ ਹੋਇਆ ਸੀ, ਕੀ ਗੱਲਬਾਤ? ਨਹੀਂ, ਇਹਦਾ ਮੁੰਡੇ ਦੇ ਵਿਆਹ ਸੀ ਜੀ ਹੁਣ ਕੱਲੋਂ, ਪਰਸੋਂ ਦੀ ਅੱਜ ਕੁੜੀ ਵਿਆਹ ਕੇ ਲੈ ਕੇ ਆਉਣੀ ਸੀ ਜੀ। ਅਤੇ ਮੈਂ ਲੱਗਾ ਸੀ ਵੀ ਜਦ ਸਾਰਾ ਕੁਛ ਵਿਆਹ ਦੇ ਚੱਕਰ 'ਚ ਕੀਤਾ ਹੈਗਾ ਕੰਮ। ਕਦੋਂ ਹੋਇਆ? ਇਹ ਅੱਜ ਸਵੇਰੇ ਹੋਇਆ। ਠੀਕ ਹੈ ਨਾ, ਬਾਕੀ ਪਤਾ ਲੱਗੂਗਾ ਡਾਕਟਰੀ ਵਿੱਚ ਕੀ ਹੋਇਆ ਕੀ ਨਹੀਂ, ਬਾਕੀ ਜੋ ਗੱਲਬਾਤ ਹੋਈ ਫਿਰ ਤਾਂ ਛੱਡ ਦੇ। ਕੀ ਕੰਮ ਕਰਦਾ ਸੀ? ਬਸ ਐਂ ਲਾ ਲਓ ਵੀ ਮੁੰਡਾ ਵਿਹਲੇ ਰਹਿੰਦਾ ਸੀ ਘਰੇ, ਬਸ ਕੰਮ ਧੰਦਾ ਤਾਂ ਕੰਮ ਤਾਂ ਇਹ ਪਹਿਲਾਂ ਕਰਦਾ ਸੀ, ਹੁਣ ਵਿਆਹ ਰੱਖਿਆ ਕੰਮ ਛਾਂ ਰੱਖੇ ਤਾਂ ਬਸ ਅੱਜ ਇਹਨੇ ਚੁੰਨੀ ਚੜਾਵਾ ਲਿਆਣਾ ਸੀ ਘਰ ਬਾਹਰ। ਇਹਦੇ ਘਰ ਕੌਣ ਕੌਣ ਨੇ? ਇਹਦੇ ਘਰ ਤਾਂ ਇਹਦੀ ਭੈਣ, ਇਹਦੀ ਮੰਮੀ ਆ ਬਸ, ਅਤੇ ਇਹ ਬਾਪ ਇਹਨਾਂ ਦਾ ਗੁਜ਼ਰਿਆ ਹੋਇਆ ਜੀ, ਇਹਨਾਂ ਦਾ ਬਹੁਤ ਚਿਰ ਹੋ ਗਿਆ, ਗਰੀਬ ਇਹਦੀ ਜਨਾਨੀ ਟਾਈਮ ਪਾਸ ਇਹ ਕਰਦੀ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਨਾਮ ਭੇਜ ਦਿੱਤਾ। ਇਸ ਸੰਬੰਧੀ DSP ਸੁਨਾਮ ਸੁਖਵਿੰਦਰ ਸਿੰਘ ਪਾਲ ਨੇ ਦੱਸਿਆ ਕਿ ਮ੍ਰਿਤਕ ਸੁਖਬੀਰ ਸਿੰਘ ਦੀ ਲਾਸ਼ ਟਰੱਕ ਨਾਲ ਬੰਨੀ ਹੋਈ ਰੱਸੀ ਟੁੱਟੀ ਹੋਈ ਹੈ ਅਤੇ ਨੀਚੇ ਇਸਦੀ ਲਾਸ਼ ਮਿਲੀ ਹੈ ਅਤੇ ਦਰਗਾਹ ਤੇ ਮੱਥਾ ਟੇਕਣ ਆਏ ਸ਼ਰਧਾਲੂਆਂ ਨੇ ਦੇਖਿਆ ਅਤੇ ਪੁਲਿਸ ਨੂੰ ਇਤਲਾਹ ਦਿੱਤੀ। ਇੱਕ ਲੜਕੇ ਦੀ ਡੈੱਡ ਬੋਡੀ ਮਿਲੀ ਹੈ, ਸੁਖਵੀਰ ਸਿੰਘ ਪੁੱਤਰ ਸੁਖਚੈਨ ਸਿੰਘ, ਇਹ ਸਾਈ ਕਲੋਨੀ ਸੁਨਾਮ ਦਾ ਰਹਿਣ ਵਾਲਾ ਸੀਗਾ ਅਤੇ ਪੇੜ ਦੇ ਥੱਲੇ ਇਹਦੀ ਡੈੱਡ ਬੋਡੀ ਮਿਲੀ ਹੋਈ ਸੀ, ਉੱਤੇ ਰੱਸੀ ਟੁੱਟੀ ਹੋਈ ਹੈ ਅਤੇ ਸਰ ਪਹਿਲਾਂ ਤਾਂ ਜਾਂਚ ਕੀਤੀ ਜਾਏਗੀ ਅਤੇ ਦਿਨ ਦਾ ਸਮਾਂ ਸੀਗਾ, ਸ਼ਰਧਾਲੂ ਆਇਆ ਸੀ ਇੱਥੇ ਮੱਥਾ ਟੇਕਣ, ਉਹਨੇ ਇਹਦੇ ਬਾਰੇ ਦੱਸਿਆ ਕਿ ਇੱਥੇ ਡੈੱਡ ਬੋਡੀ ਇੱਥੇ ਪਈ ਹੈ। ਸਰ ਪਰਿਵਾਰ ਨੇ ਕੀ ਦੱਸਿਆ ਜੀ? ਪਰਿਵਾਰ ਅਜੇ ਦੱਸਣ ਦੀ ਹਾਲਤ ਵਿੱਚ ਨਹੀਂ, ਜਿਸ ਤਰ੍ਹਾਂ ਦੱਸੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ। ਦੀ ਥਾਣਾ ਸਿਟੀ ਦੇ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਮਾਤਾ ਹਰਦੀਪ ਕੌਰ ਦੇ ਬਿਆਨਾਂ ਤੇ ਸਰਬਜੀਤ ਕੌਰ ਦੇ 2 ਲੜਕਿਆਂ ਅਮਨ ਅਤੇ ਗੱਗੂ ਅਤੇ ਅੰਕਿਤ ਸ਼ਰਮਾ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ। ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ ਅਤੇ ਤਲਾਸ਼ ਜਾਰੀ ਹੈ। ਦਾ ਕੀ ਮਾਮਲਾ ਸੀ ਲੜਕੇ ਦੀ ਮੌਤ ਦਾ? ਅੱਜ ਤੜਕੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਉੱਥੇ ਇੱਕ ਡੈੱਡ ਬੋਡੀ ਪਈ ਹੈ, ਜਿਹਦਾ ਅਸੀਂ ਮੌਕੇ 'ਤੇ ਜਾ ਕੇ ਉੱਥੇ ਮੁਲਾਜ਼ਾ ਕਰਕੇ ਆਲੇ ਦੁਆਲੇ ਦਰਖਤ ਕੀਤੀ, ਜਿੱਥੋਂ ਪਤਾ ਲੱਗਿਆ ਵੀ ਇਹ ਬੰਦੇ ਦਾ ਮਰਡਰ ਹੋਇਆ ਨਾ ਕਿ ਇਹ ਸੁਸਾਈਡ ਹੋਈ ਹੈ।
ਜਿਹਦੀ ਨੌਕਰੀ ਪੜਤਾਲ ਕਰਕੇ ਹੁਣ ਚਾਰ ਬੰਦਿਆਂ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ। ਮੇਨ ਹੈਗਾ ਅਮਨ ਗੱਗੂ ਅਤੇ ਉਹਦੀ ਮਾਂ ਸਰਬਜੀਤ ਕੌਰ ਅਤੇ ਉਹਨਾਂ ਦੇ ਇੱਕ ਸਹਿ ਦੋਸ਼ੀ ਹੈਗਾ ਅੰਕਿਤ ਸ਼ਰਮਾ, ਬਾਕੀ ਮੁਰਾਲੀ ਚਾਰੇ ਸੁਨਾਮ ਦੇ ਰਹਿਣ ਵਾਲੇ ਨੇ। ਸਰ ਕੀ ਵਜ੍ਹਾ ਕਤਲ? ਵਜ੍ਹਾ ਰੰਜਿਸ਼ ਇਹ ਹੈ ਵੀ ਜਿਹੜਾ ਅੰਕਿਤ ਸ਼ਰਮਾ ਹੈ ਉਹ ਹੁਣ ਇਹਨਾਂ ਦੇ ਨਵਾਂ ਆਉਣ ਲੱਗਿਆ। ਪਹਿਲਾਂ ਜਿਹੜਾ ਸੁਖਵੀਰ ਸਿੰਘ ਸੀ ਉਹ ਪਹਿਲਾਂ ਇਹਨਾਂ ਨਾਲ ਇਹਨਾਂ ਦੇ ਗਲਤ ਰਿਲੇਸ਼ਨ ਸੀਗੇ, ਜਿਹਦੇ ਕਰਕੇ ਉਹ ਰਾਹ 'ਚੋਂ ਰੋੜਾ ਅਟਕਾਉਣਾ ਚਾਹੁੰਦੇ ਸੀ। ਸਰ ਕੀ ਇਹ ਅੰਕਿਤ ਸ਼ਰਮਾ ਨੇ ਰੋੜਾ ਸਮਝਦੇ ਹੋਏ ਕੀਤਾ ਜੀ ਕਤਲ ਜਾਂ ਸਰਬਜੀਤ ਨੇ? ਆਪਾਂ ਤਾਂ ਇਹੀ ਕਹਿ ਸਕਦੇ ਇਹਨਾਂ ਨੂੰ। ਬਿਊਰੋ ਰਿਪੋਰਟ, ਪੰਜਾਬੀ ਟੀਵੀ।